ਪੰਜਾਬ ਪੁਲਿਸ ਦਾ ਇਤਿਹਾਸ ਸ਼ਾਨਾ ਬਾਤਾ ਜਿਸ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ ਪੰਜਾਬ ਪੁਲਿਸ ਮੇਰਾ ਰਾਮਾ ਦੀ ਟੁਕੜੀ ASI ਪੰਜਾਬ ਪੁਲਿਸ ਟੁਕੜੀ ਦੀ ਅਗਵਾਈ ਕਰਦੇ ਹੋਏ ਕੁਲਵਿੰਦਰ ਸਿੰਘ ASI ਪੰਜਾਬ ਪੁਲਿਸ ਟੁਕੜੀ ਦੀ ਅਗਵਾਈ ਕਰਦੇ ਹੋਏ ਸਬ ਇੰਸਪੈਕਟਰ ਕਿਰਨਦੀਪ ਕੌਰ ਪੰਜਾਬ ਪੁਲਿਸ ਮਹਿਲਾਵਾਂ ਦੀ ਟੀਮ ਦੀ ਅਗਵਾਈ ਕਰਦੇ ਹੋਏ ਸਬ ਇੰਸਪੈਕਟਰ ਰਕੇਸ਼ ਕੁਮਾਰ ਜੀ ਪੰਜਾਬ ਹੋਮ ਗਾਰਡ ਦੀ ਟੀਮ ਦੀ ਅਗਵਾਈ ਕਰਦੇ ਹੋਏ ਕੈਪਟਨ ਸਤਨਾਮ ਸਿੰਘ ਜੀ GOG ਗੁਰਦਾਸਪੁਰ ਪਲਟੂਨ ਦੀ ਅਗਵਾਈ ਕਰਦੇ ਹੋਏ ਕੰਚਨ ਦੇਵੀ ਐਨਸੀ ਸਲੂਟ ਕਰਨਾ ਮੈਂ ਕਿਸਾਨਾਂ ਨੂੰ ਜਿਹੜੇ ਦਿੱਲੀ ਦੇ ਬਾਰਡਰ ਤੇ ਸਾਰੇ ਹਿੰਦੁਸਤਾਨ ਦੀ ਕਿਸਾਨੀ ਦੀ ਆਜ਼ਾਦੀ ਦੀ ਲੜਾਈ ਕਰ ਰਹੇ ਉਹ ਵੱਖਰੀ ਤਰ੍ਹਾਂ ਦੀ ਆਜ਼ਾਦੀ ਦੀ ਲੜਾਈ ਹੈ ਲਗਾਤਾਰ ਇੱਕ ਸਾਲ ਹੋ ਚੁੱਕਿਆ ਉੱਥੇ ਬੈਠੇ ਨੇ ਨਾ ਮੈਂ ਠੰਡ ਤੋਂ ਡਰੇ ਨੂੰ ਨਾ ਮੀਂਹ ਤੋਂ ਡਰੇ ਨੂੰ ਨਾ ਹਨੇਰੀ ਤੋਂ ਡਰੇ ਨਾ ਗਰਮੀ ਤੋਂ ਡਰੇ ਨੇ ਅਰਦਾਸ ਕਰਨਾ ਈਸ਼ਵਰ ਅੱਗੇ ਈਸ਼ਵਰ ਸਾਡੀਆਂ ਸਰਕਾਰਾਂ ਨੂੰ ਸਮਰਥ ਆਵੇ ਅਤੇ ਸਾਰੇ ਹਿੰਦੁਸਤਾਨ ਦੀ ਕਿਸਾਨੀ ਦੀ ਜੋ ਆਜ਼ਾਦੀ ਦੀ ਲੋੜ ਹੈ ਉਸ 'ਤੇ ਵਿਚਾਰ ਕਰਕੇ ਆਜ਼ਾਦੀ ਮਿਲੀ ਆ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਜ਼ਾਦੀ ਆਜ਼ਾਦ ਹੀ ਰਹੇ ਮੁਲਕ ਫਿਰ ਨਾ ਟੁੱਟ ਜਾਵੇ ਸੋ ਅੱਜ ਫਿਰ ਸਾਰਿਆਂ ਨੂੰ ਬਹੁਤ ਬਹੁਤ ਸਰ ਆਪਣੀ ਸਪੀਚ ਤੁਸੀਂ ਕਿਹਾ ਕਿ ਜਿਹੜੀ ਸ਼ਹੀਦਾਂ ਨੇ ਸੁਪਨਾ ਦੇਖਿਆ ਸੀ ਉਹ ਸ਼ਾਇਦ ਪੂਰਾ ਨਹੀਂ ਹੋ ਸਕਿਆ ਮੈਂ ਜੋ ਉਹਨਾਂ ਨੇ ਸੁਪਨੇ ਪਤਾ ਨਹੀਂ ਕਿਹੋ ਜਿਹੇ ਵੇਖੇ ਸੀ ਸ਼ਾਇਦ ਅਸੀਂ ਉਹੋ ਜਿਹਾ ਨਾ ਬਣਾ ਸਕੀਏ ਪਰ ਆਜ਼ਾਦੀ ਸਾਨੂੰ ਮਿਲੀ ਆ ਉਸ ਆਜ਼ਾਦੀ ਨੂੰ ਸਾਂਭ ਕੇ ਰੱਖ ਸਰ ਦਿੱਲੀ ਦੇ ਕਿਸਾਨਾਂ ਬਾਰੇ ਕਿਸਾਨਾਂ ਦਾ ਅੱਜ ਆਜ਼ਾਦੀ ਦਾ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਦੀ ਮੰਗ ਮੰਨਣੀ ਚਾਹੀਦੀ ਆਵਾਜ਼ ਕੌਮ ਟੀਵੀ ਲਈ ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ।